ਇੱਕ ਤਾਂ ਸਾਰੀ ਵੀਡੀਓ ਜ਼ਰੂਰ ਦੇਖਿਓ ਤੁਸੀਂ, ਸਕਿਪ ਨਾ ਕਰਿਓ, ਤਾਂ ਕਿ ਸਾਨੂੰ ਆਇਆ ਵੀ ਜਿਹੜਾ ਕੁਛ ਅਸੀਂ ਫੇਸ ਕੀਤਾ ਤਾਂ ਆਪਾਂ ਵੀਡੀਓ ਤਾਂ ਨਹੀਂ ਅਪਲੋਡ ਕੀਤੀ ਸੀ ਕਿਉਂਕਿ ਇੱਕ ਤਾਂ ਅਸੀਂ ਬਹੁਤ ਉਲਝੇ ਹੋਏ ਸੀਗੇ, ਆਪ ਹੀ ਉਲਝੇ ਕਰਦੇ ਸੀ ਵੀ ਕੀ ਵੀਡੀਓ ਸ਼ੇਅਰ ਕਰੀ ਸਾਨੂੰ। ਪਹਿਲੀ ਗੱਲ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਕਿਸੇ ਨੂੰ ਇਹੋ ਜਿਹੀ ਕੋਈ ਕੰਪਲੀਕੇਸ਼ਨ ਆਵੇ ਨਾ, ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ, ਵਧੀਆ ਰਹਿਣ, ਹੈ ਨਾ। ਬਟ ਗੱਲ ਦੱਸਾਂ ਤਾਂ ਕੁੜੀਆਂ ਖਾਸ ਕਰਕੇ ਧਿਆਨ ਰੱਖਿਓ ਬਾਈ, ਜੇ ਤੁਸੀਂ ਕਿਤੇ ਵੀ ਆਪਦਾ ਕੇਸ ਕਰਵਾ ਰਹੇ ਹੋ ਤਾਂ ਬੱਚਿਆਂ ਦੇ ਨਾਲ ਖਾਸ ਪ੍ਰਬੰਧ ਹੋਵੇ ਹੀ ਹੋਵੇ, ਕਿਉਂਕਿ ਮਾਂ ਕਿਤੇ ਰੋਲਦੀ ਹੁੰਦੀ ਹੈ, ਬੱਚਾ ਕਿਤੇ ਰੋਲਦਾ ਹੁੰਦਾ, ਉਹ ਵੀ ਦੇਖ ਕੇ ਨੈਗੇਟਿਵ ਨਾ ਹੋ ਜਾਓ, ਠੀਕ ਹੈ ਨਾ। ਬੱਚੇ ਸਾਰੇ ਹੈਲਥੀ ਹੁੰਦੇ ਨੇ, ਕਿਸੇ ਨੂੰ ਕੁਛ ਨਹੀਂ ਹੋਇਆ ਹੁੰਦਾ, ਪੈਸੇ ਲੈਣ ਦੇ ਮਾਰੇ ਗੱਲ ਵਧਾ ਦਿੰਦੇ ਥੋੜ੍ਹੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੀ ਹਾਂ ਸਾਰੇ ਜਾਣੇ ਵਧੀਆ ਹੋਵੋਗੇ। ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ, ਅੱਜ ਦੀ ਵੀਡੀਓ ਦੇ ਵਿੱਚ ਘੱਟੋ ਘੱਟ ਬਹੁਤ ਹੀ ਜ਼ਿਆਦਾ ਦਿਨਾਂ ਬਾਅਦ 11 ਦਿਨਾਂ ਬਾਅਦ ਆਪਾਂ ਮਿਲ ਰਹੇ ਹਾਂ। ਸਾਰੇ ਦੀਆਂ ਸ਼ਿਕਾਇਤਾਂ ਸੀਗੀਆਂ ਨਾ, ਬਹੁਤ ਮੈਸੇਜ ਆਉਂਦੇ ਸੀ ਕਹਿੰਦੇ ਵੀ ਤੁਸੀਂ ਸਾਨੂੰ ਕੁਝ ਦੱਸ ਨਹੀਂ ਰਹੇ। ਪਹਿਲਾਂ ਤਾਂ ਆਪਾਂ ਵੀਡੀਓ ਤਾਂ ਨਹੀਂ ਅਪਲੋਡ ਕੀਤੀ ਸੀ ਕਿਉਂਕਿ ਇੱਕ ਤਾਂ ਅਸੀਂ ਬਹੁਤ ਉਲਝੇ ਹੋਏ ਸੀਗੇ, ਠੀਕ ਹੈ, ਉਹੀ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨੀ ਹੈ। ਇੱਕ ਤਾਂ ਸਾਰੀ ਵੀਡੀਓ ਜ਼ਰੂਰ ਦੇਖਿਓ ਤੁਸੀਂ, ਸਕਿਪ ਨਾ ਕਰਿਓ, ਤਾਂ ਕਿ ਸਾਨੂੰ ਆਇਆ ਵੀ ਜਿਹੜਾ ਕੁਛ ਅਸੀਂ ਫੇਸ ਕੀਤਾ, ਸ਼ਾਇਦ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਜਿਹੜੇ ਸਾਨੂੰ ਦੇਖਦੇ ਨੇ ਫੋਲੋ ਕਰਦੇ ਨੇ, ਹੈ ਨਾ, ਉਹਨਾਂ ਨੂੰ ਇਹ ਚੀਜ਼ਾਂ 'ਚ ਆਸਾਨੀ ਹੋ ਜਾਵੇ, ਹੈ ਨਾ। ਕਿਉਂਕਿ ਇੱਕ ਤਾਂ ਮੈਸੇਜ ਹੁਣ ਬੇਸਿਕਲੀ ਸਾਰਿਆਂ ਦੇ ਵੀਡੀਓ ਬਣਾਉਣ ਦਾ ਮੇਨ ਮਕਸਦ ਸਾਡਾ ਇੱਕ ਤਾਂ ਆ ਵੀ ਅਵੇਅਰ ਕਰਨਾ ਸਾਰਿਆਂ ਨੂੰ, ਹੈ ਨਾ। ਅਤੇ ਦੂਜਾ ਵੀ ਜਦੋਂ ਬਾਹਲੇ ਮੈਸੇਜਸ ਆ ਰਹੇ ਸੀਗੇ ਵੀ ਇਹ ਕਰਕੇ ਤੁਸੀਂ ਕਿਉਂ ਨਹੀਂ ਦੱਸ ਰਹੇ, ਕੀ ਹੋ ਗਿਆ, ਲੋਕ ਆਪਣਾ ਆਪਣੇ ਅੰਦਾਜ਼ੇ ਲੱਗਣ ਲੱਗ ਜਾਂਦੇ ਹੁੰਦੇ, ਹੈ ਨਾ, ਫਿਰ ਵੀ ਇਹਨਾਂ ਨੇ ਕੁਛ ਦੱਸਿਆ ਕਿਉਂ ਨਹੀਂ, ਯਾਨੀ ਕਿ ਇੰਨੇ ਦਿਨ ਅੱਗੇ ਮਿਲਾਂਗੇ। ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਵੀਡੀਓ ਦੀ ਅੱਜ ਦੀ। ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ, ਠੀਕ ਹੈ, ਅਤੇ ਸਾਰਿਆਂ ਲਈ ਜਿਹੜਾ ਇਹ ਨਵਾਂ ਸਾਲ ਆ, ਮੇਰੇ ਲਈ ਵੀ ਪਿਛਲਾ 2023 ਸੀ ਜਿਹੜਾ ਉਹ ਮੁਸ਼ਕਲਾਂ ਭਰੇ ਹੀ ਰਿਹਾ ਗਾ, 10-11 ਦਿਨ ਸੀਗੇ ਜਿਹੜੇ, ਬਟ ਅਸੀਂ 31 ਤਰੀਕ ਨੂੰ ਘਰ ਆ ਗਏ ਸੀਗੇ ਅਤੇ ਇਹ ਸਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਸੋਹਣੀ ਸ਼ੁਰੂਆਤ ਲੈ ਕੇ ਆਏ ਆ, ਠੀਕ ਹੈ, ਅਤੇ ਆਪਣੇ ਘਰ ਜਿਹੜਾ ਹੈਗਾ ਨੰਨਾ ਮੁੰਨਾ ਜੋ ਵੀ ਮਹਿਮਾਨ ਆਇਆ, ਬੋਆਏ ਜਾਂ ਗਰਲ, ਹੈਲਥੀ ਬੇਬੀ ਆਇਆ, ਠੀਕ ਹੈ, ਅਤੇ ਸਾਰਾ ਕੁਛ, ਹੈ ਨਾ, ਜੋ ਵੀ ਮਤਲਬ ਕਿ ਸਾਡੇ ਨਾਲ ਹੋਇਆ ਯਾਰ ਕੁਛ ਵੀ, ਹੈ ਨਾ, ਦਿੱਕਤ ਪਰੇਸ਼ਾਨੀ। ਆਪਣੀ 21 ਤਰੀਕ ਦਾ ਬਰਥ ਹੈ ਬੇਬੀ ਦਾ, 21 ਦਸੰਬਰ, ਹਾਂ, 21 ਦਸੰਬਰ ਕੇਸ ਹੋ ਗਿਆ ਸੀਗਾ, ਅਤੇ ਬਟ ਉਹ ਚੱਕਰ ਕੀ ਸੀਗਾ, ਥੋੜ੍ਹਾ ਜਿਹਾ ਸਾਨੂੰ ਬੇਬੀ ਰੋ ਵਧੀਆ ਰਿਹਾ ਸੀ, ਬਰਥ ਟਾਈਮ ਬਹੁਤ ਵਧੀਆ, ਕੋਈ ਚੱਕਰ ਨਹੀਂ ਸੀ, ਹੈ ਨਾ, ਵੀ ਮੈਂ ਕਈ ਵਾਰੀ ਬੇਬੀ ਰੋਂਦੇ ਨਹੀਂ ਹੁੰਦੇ, ਵੇਟ ਵਧੀਆ ਸੀ ਬੇਬੀ ਦਾ, ਅਤੇ ਉਹ ਕਹਿੰਦੇ ਵੀ ਐਂ ਕਰਕੇ ਵੀ ਥੋੜ੍ਹਾ ਆਕਸੀਜਨ ਦੇ ਵਿੱਚ ਨਾ ਜਿਹੜਾ ਬੇਬੀ ਆ ਵੀ ਥੋੜ੍ਹੀ ਆਕਸੀਜਨ ਘਟਾ ਰਿਹਾ, ਵੀ ਉਹਦਾ ਲੈਵਲ ਆ ਜਿਹੜਾ ਵੀ ਉਹ ਤੋੜ ਰਿਹਾ ਗਾ ਆਕਸੀਜਨ, ਵੀ ਥੋੜ੍ਹਾ ਜਿਹਾ ਸਾਨੂੰ ਐਂ ਡਾਕਟਰ ਨੇ ਕਿਹਾ, ਕਹਿੰਦੇ ਵੀ ਚਲੋ ਠੰਡ ਕਰਕੇ ਹੋ ਸਕਦਾ ਮਾੜਾ ਮੋਟਾ, ਵੀ ਤੁਸੀਂ ਜਸਟ ਇੱਕ ਰੂਟੀਨ ਚੈੱਕਅਪ ਜਿਹਾ ਕਰਵਾ ਲਓ, ਘੰਟੇ ਕੁ ਦਾ ਚੈੱਕਅਪ ਹੋਊ, ਵੱਧ ਤੋਂ ਡਾਕਟਰ ਚੈੱਕ ਕਰਕੇ ਭੇਜ ਦੇਣਗੇ। ਬਟ ਉੱਥੇ ਹੀ ਸਭ ਤੋਂ ਮਿਸਟੇਕ ਹੋ ਗਈ ਆ, ਡਾਕਟਰ ਤੋਂ ਮਿਸਟੇਕ ਹੋ ਗਈ, ਅਸੀਂ ਇਹ ਚੀਜ਼ ਨਹੀਂ ਕਹਿ ਸਕਦੇ ਅਸੀਂ ਹੁਣ ਬਲੇਮ ਕਿਹਨੂੰ ਕਰੀਏ, ਹੈ ਨਾ, ਅਤੇ ਕਿਉਂਕਿ ਉਸ ਟਾਈਮ ਕੁਛ ਸੋਚਦਾ ਨਹੀਂ ਹੁੰਦਾ, ਆਪਾਂ ਨੂੰ ਐਂ ਹੁੰਦਾ ਵੀ ਜਿੱਦਾਂ ਡਾਕਟਰ ਨੇ ਗੱਲ ਕਹਿਤੀ ਆਪਾਂ ਉਹਨੀ ਮੰਨੀ ਹੈ, ਅਸੀਂ ਜਲਦੀ ਜਲਦੀ ਚਲੋ ਬੇਬੀ ਨੂੰ ਲੈ ਗਏ। ਉਸ ਟਾਈਮ ਇੱਦਾਂ ਲੱਗਦਾ ਹੁੰਦਾ ਵੀ ਯਾਰ ਵੀ ਕੋਈ ਵੀ ਰਿਸਕ ਨਾ ਲਈਏ, ਹੈ ਨਾ, ਵੀ ਬਸ ਵੀ ਜਿਵੇਂ ਸਾਰੇ ਜਾਣੇ ਕਹੀ ਜਾਂਦੇ ਆ, ਕੋਈ ਕਿਵੇਂ ਕਿਸੇ ਦੀ ਰਹਿ ਕੁਛ ਸੀ, ਕਿਸੇ ਦੀ ਰਹਿ ਕੁਛ ਸੀ, ਠੀਕ ਆ, ਤਾਂ ਵੀ ਜਿਵੇਂ ਸਾਰੇ ਜਾਣੇ ਕਹੀ ਜਾਂਦੇ ਆ, ਬਸ ਵੀ ਉਵੇਂ ਕਰ ਲਈਏ, ਵੀ ਕਿਤੇ ਐਵੇਂ ਨਾ ਹੋਵੇ ਵੀ ਅਸੀਂ ਆਪਦੀ ਦਿਮਾਗ ਤੋਂ ਕੰਮ ਲੈ ਕੇ, ਹੈ ਨਾ, ਕਿਸੇ ਦੀ ਗੱਲ ਨਾ ਸੁਣ ਕੇ, ਵੱਡਿਆਂ ਦੀ ਗੱਲ ਨਾ ਸੁਣ ਕੇ, ਵੀ ਕੋਈ ਰਿਸਕ ਨਾ ਹੋ ਜੇ। ਅਤੇ ਜਦੋਂ ਅਸੀਂ ਡਾਕਟਰ ਕੋਲ ਗਏ, ਉੱਥੇ ਡਾਕਟਰ ਕੋਈ ਹੈ ਨਹੀਂ ਸੀ ਅਸੀਂ ਚੈੱਕਅਪ ਕਰਾਉਣ, ਉਹ ਕਹਿੰਦੇ ਵੀ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਵਾ ਦਿਉ, ਅਸੀਂ ਕਹਿੰਦੇ ਮੈਂ ਕਿਹਾ ਵੀ ਅਸੀਂ ਤਾਂ ਡਾਕਟਰ ਨੂੰ ਚੈੱਕਅਪ ਕਰਾਉਣ ਆਏ, ਕਹਿੰਦੇ ਡਾਕਟਰ ਆਉਣਗੇ ਕੋਈ ਗੱਲ ਨਹੀਂ ਤੁਸੀਂ ਵੇਟ ਕਰੋ, ਅਤੇ ਉਹਨਾਂ ਨੇ ਬੇਬੀ ਅੰਦਰ ਰੱਖ ਲਿਆ, ਉਦੋਂ ਬਾਅਦ ਸਾਨੂੰ ਤੋਂ ਪੈਸੇ ਜਮ੍ਹਾਂ ਕਰਵਾ ਕੇ ਕਹਿੰਦੇ ਸਾਡਾ 3 ਦਿਨ ਦਾ ਟਾਈਮ ਹੁੰਦਾ ਜਿਸ ਤਰ੍ਹਾਂ ਐਗਜ਼ਾਮਿਨ ਕਰਾਂਗੇ ਬੇਬੀ। ਮੈਨੂੰ ਥੋੜ੍ਹਾ ਜਿਹਾ ਉਹਦੀ ਦਿਮਾਗ ਖਣਕ ਗਿਆ ਸੀ ਯਾਰ, ਵੀ ਆਪਾਂ ਚੈੱਕਅਪ ਕਰਾਉਣ ਆਏ ਸੀ ਬੇਬੀ ਦਾ ਨੋਰਮਲ, ਵੀ ਇਹਨਾਂ ਨੇ 3 ਦਿਨ ਕਿਉਂ ਕਹਿੰਦੇ ਨੇ, ਹੈ ਨਾ,
ਚਲੋ ਫੈਮਿਲੀ ਹੁੰਦੀ ਹੈ ਨਾਲ, ਹੈ ਨਾ, ਆਪਣੇ ਵੱਡੇ ਹੁੰਦੇ ਨੇ, ਉਹਨਾਂ ਦੀ ਵੀ ਗੱਲ ਸੁਣਨੀ ਪੈਂਦੀ ਹੈ, ਅਤੇ ਉਹ ਕਹਿੰਦੇ ਵੀ ਨਹੀਂ ਜਿਵੇਂ ਇਹ ਕਹਿੰਦੇ ਨੇ ਆਪਾਂ ਉਵੇਂ ਕਰੋ, ਕਿਉਂਕਿ ਬੇਬੀ ਹਰੇਕ ਲਈ ਕੀਮਤੀ ਹੁੰਦਾ ਜੀ। ਅਤੇ 3 ਦਿਨ ਦਾ ਸਾਡਾ ਬਈ ਜਿਹੜਾ ਹੈਗਾ ਪ੍ਰੋਸੈਸ ਆ ਉਹ ਚੱਲੀ ਗਿਆ, ਹੈ ਨਾ, ਅਤੇ 4th ਦਿਨ ਵੀ ਮੈਨੂੰ ਤਾਂ ਐਵੇਂ ਲੱਗਿਆ ਵੀ ਯਾਰ ਕਿ ਵੀ ਕਿਉਂਕਿ ਮੈਨੂੰ ਇਹਨਾਂ ਨੇ ਕਹਿ ਰੱਖਿਆ ਸੀਗਾ ਵੀ ਆਹ ਹੋਸਪਿਟਲ ਆ, ਬੇਬੀ ਅੱਜ ਆਜੂ, ਬੇਬੀ ਕੱਲ੍ਹ ਆਜੂ, ਬੇਬੀ ਸੁਬਹਾ ਆਜੂ, ਹੈ ਨਾ, ਅਤੇ ਉਹ ਚੱਕਰ ਪੈ ਗਿਆ। ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਆਪਾਂ ਚੱਲਦੇ ਹਾਂ, ਤਾਂ ਅਸੀਂ ਵੀ ਸਾਰੇ ਜਾਣੇ, ਮੈਂ, ਠੀਕ ਹੈ, ਰਿੱਕੀ, ਮੰਮੀ, ਡੈਡੀ, ਅਸੀਂ ਚਾਰੇ ਜਾਣੇ, ਠੀਕ ਆ, ਅਤੇ ਸਾਡੇ ਹੋਰ ਵੀ ਫੈਮਿਲੀ ਮੈਂਬਰ ਜਿਹੜੇ ਸਾਡੇ ਰਿਲੇਟਿਵ ਨੇ, ਅਸੀਂ ਸਾਰੇ ਜਾਣੇ ਉੱਥੇ ਹੋਸਪਿਟਲ ਗਏ। ਅਸੀਂ ਪੁੱਛਿਆ, ਠੀਕ ਆ, ਉਹਨਾਂ ਤੋਂ ਵੀ ਯਾਰ ਵੀ ਸਾਨੂੰ 4th ਦਿਨ ਹੋ ਗਿਆ ਸੀਗਾ, ਵੀ ਸਾਨੂੰ ਐਵੇਂ ਤਾਂ ਦੱਸੋ ਵੀ ਬੇਬੀ ਨੂੰ ਪ੍ਰੋਬਲਮ ਕੀ ਆ, ਠੀਕ ਆ, ਵੀ ਸਾਨੂੰ ਰੀਜ਼ਨ ਦੱਸੋ ਵੀ ਤੁਸੀਂ ਇਹਨੂੰ ਇੱਥੇ ਪਾਇਆ ਤਾਂ ਹੋਇਆ, ਤੁਸੀਂ ਕਹਿੰਦੇ ਸਾਡਾ 3 ਦਿਨ ਦਾ ਪ੍ਰੋਸੈਸ ਹੁੰਦਾ ਗਾ, ਠੀਕ ਆ, ਤਾਂ ਬੇਬੀ ਨੇ ਹਾਲੇ ਤੱਕ ਵੀ ਰਿਕਵਰੀ ਕਿਉਂ ਨਹੀਂ ਕੀਤੀ? ਉਹਨਾਂ ਕੋਲ ਕੋਈ ਠੋਸ ਰੀਜ਼ਨ ਨਹੀਂ ਸੀ, ਉਹ ਕਹਿੰਦੇ ਸੀ ਹੋ ਜਾਂਦਾ ਹੁੰਦਾ, ਬੇਬੀ ਹੌਲੀ ਹੌਲੀ ਰਿਕਵਰੀ ਕਰ ਰਿਹਾ, ਥੋੜੀ ਆਕਸੀਜਨ ਉਹਦੀ ਹੋਰ ਘਟਾਤੀ, ਅਸੀਂ ਹੋਰ ਘਟਾਤੀ, ਇੱਦਾਂ ਕਹਿ ਰਹੇ ਸੀ। ਹੁਣ ਪੁਆਇੰਟ ਦੇਖੋ, ਇੱਕ ਪੁਆਇੰਟ ਇਹ ਹੈ ਵੀ ਹੁਣ ਜਿਵੇਂ ਹੁਣ ਮੰਤਰੀ ਸੀ, ਠੀਕ ਹੈ, ਅਗਰ ਅਸੀਂ ਇਹਨੂੰ ਪਹਿਲੇ 2 ਦਿਨ ਤਾਂ ਹੀ ਕਹਿੰਦੇ ਰਹੇ ਬੇਬੀ ਨਾਲ ਦੇ ਕਮਰੇ 'ਚ ਆ, ਨਾਲ ਦੇ ਕਮਰੇ 'ਚ ਆ, ਵੀ ਕੋਈ ਗੱਲ ਨਹੀਂ, ਪਹਿਲੇ ਦਿਨ ਇਹਨੂੰ ਐਂ ਕਿਹਾ ਰਹੇ, ਕਹਿੰਦੇ ਬੇਬੀ ਕਿੱਥੇ ਆ, ਵੀ ਨਾਲ ਦੇ ਕਮਰੇ 'ਚ ਆ, ਸਵੇਰੇ ਆਜੂਗਾ, ਸਵੇਰੇ ਕੱਲ੍ਹ ਨੂੰ ਆਜੂਗਾ, ਹੈ ਨਾ, ਤਾਂ ਉਹ ਚੀਜ਼ ਮਦਰ ਲਈ ਬਹੁਤ ਔਖਾ ਹੋ ਜਾਂਦਾ ਉਹ ਟਾਈਮ, ਕਿਉਂਕਿ ਮੈਂ ਡਿਸਟਰਬ ਨਾ ਹੋ ਜਾ, ਹੈ ਨਾ, ਜਾਂ ਕਿਉਂਕਿ ਇਹ ਟਾਈਮ ਨਾ ਇੱਦਾਂ ਦਾ ਹੁੰਦਾ ਡਿਲੀਵਰੀ ਟਾਈਮ ਵੀ, ਕਈ ਵਾਰ ਨਾ ਮਦਰਸ ਹੁੰਦੀਆਂ ਨੇ ਜਿਹੜੀਆਂ ਡਿਪਰੈਸ਼ਨ 'ਚ ਚਲੀਆਂ ਜਾਂਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਨੇ, ਵੀ ਆਪਦਾ ਬੇਬੀ ਜਮੀ ਆਪਦੇ ਕੋਲ ਨਾ ਆਇਆ ਹੋਵੇ, ਹੈ ਨਾ, ਬੱਚੇ ਨੂੰ ਫੀਡ ਵਗੈਰਾ ਦਾ ਹੋ ਜਾਂਦਾ ਗਾ, ਕਿਉਂਕਿ ਮਾਂ ਨਾਲ ਜਿਹੜੀਆਂ ਹੁੰਦੀਆਂ 3-4 ਮਤਲਬ ਕਿ ਮਾਂ ਦੀ ਬੋਡੀ ਦੇ ਵਿੱਚ ਬਹੁਤ ਚੇਂਜਸ ਆ ਜਾਂਦੇ ਆ, ਹੈ ਨਾ, ਉਸ ਤੋਂ ਬਾਅਦ। ਇਸ ਲਈ ਅਸੀਂ ਇੱਕ ਪੁਆਇੰਟ ਦਾ ਇਹ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ, ਸਪੈਸ਼ਲੀ ਜਿਹੜੇ ਹਨ ਬੱਚੇ ਆ ਰਹੇ ਨੇ, ਐਕਸਪੈਕਟ ਕਰ ਰਹੇ ਨੇ ਜਿਹੜੇ, ਹੈ ਨਾ, ਜਿਹਨੇ ਡਿਲੀਵਰੀ ਡੇਟ ਨੇੜੇ ਆ, ਤਾਂ ਪਲੀਜ਼ ਇੱਕ ਸ਼ੇਅਰ ਕਰ ਲਿਓ ਗੱਲ, ਇਹ ਜਦੋਂ ਬੀਤਦੀ ਆ ਉਦੋਂ ਪਤਾ ਲੱਗਦਾ, ਸਾਨੂੰ ਵੀ ਪਹਿਲਾਂ ਨਹੀਂ ਇੰਨਾ ਪਤਾ ਸੀ, ਆਪਾਂ ਨੂੰ ਪਤਾ ਹੁੰਦਾ ਵੀ ਕੋਈ ਚੱਕਰ ਨਹੀਂ। ਪਹਿਲੀ ਗੱਲ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਕਿਸੇ ਨੂੰ ਇਹੋ ਜਿਹੀ ਕੋਈ ਕੰਪਲੀਕੇਸ਼ਨ ਆਵੇ ਨਾ, ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ, ਵਧੀਆ ਰਹਿਣ, ਹੈ ਨਾ, ਬਟ ਉੱਥੇ ਹੀ ਕੇਸ ਕਰਵਾਓ ਜਿੱਥੇ ਬੱਚਿਆਂ ਦਾ ਨਾਲ ਕੇਅਰ ਹੋਵੇ, ਜਦਕਿ ਜੇ ਅਗਰ ਬੱਚੇ ਨੂੰ ਨੋਰਮਲ ਪ੍ਰੋਬਲਮ ਆਉਂਦੀ ਵੀ ਹੈ ਜੀ, ਤਾਂ ਉਹਨੂੰ ਨਾਲ ਉੱਥੇ ਐਡਮਿਟ ਹੋ ਜੇ, ਹਾਲਾਂਕਿ ਇਹ ਨਾ ਵੀ ਹੋਵੇ, ਕਿਉਂਕਿ ਐਵੇਂ ਹੁੰਦਾ ਨਾ ਅੱਧੇ ਫੈਮਿਲੀ ਮੈਂਬਰ ਮਦਰ ਕੋਲੇ ਰਹਿੰਦੇ ਆ, ਫਿਰ ਅੱਧੇ ਬੱਚੇ ਕੋਲ ਨਹੀਂ ਭੱਜਦੇ ਨੇ, ਤਾਂ ਇਹਦੇ ਵਿੱਚ ਨਾ ਦਿਮਾਗੀ ਟੈਨਸ਼ਨ ਬਹੁਤ ਜ਼ਰੂਰੀ ਆ। ਅਤੇ ਸਾਡਾ ਜਿਹੜਾ ਕੇਸ ਹੋਇਆ ਸੀ ਬਰਨਾਲੇ ਹੋਇਆ ਸੀ, ਸਾਡੇ ਲੋਕਲ ਬਰਨਾਲੇ ਦੀ ਗੱਲ, ਉੱਥੇ ਬੱਚਿਆਂ ਦੀ, ਅਸੀਂ ਕਿਸੇ ਹੋਸਪਿਟਲ ਦਾ ਇੱਥੇ ਨਾਮ ਨਹੀਂ ਲੈ ਰਹੇ ਜਿਹਨਾਂ ਕੋਲ ਅਸੀਂ ਸੀਗੇ, ਹਾਂ ਅਸੀਂ ਮੈਂ ਕਹਿੰਦਾ ਵੀ ਅਸੀਂ ਇੰਨੇ ਕੁ ਲੋਕਾਂ ਨੂੰ ਮਿਲ ਲਏ ਆ 10-11 ਦਿਨਾਂ ਵਿੱਚ, ਸਾਰਿਆਂ ਦਾ ਐਕਸਪੀਰੀਅੰਸ ਸ਼ੇਅਰ ਕਰ ਲਿਆ, ਬਰਨਾਲੇ ਦੇ ਲੋਕਲ ਹੋਸਪਿਟਲਸ ਦਾ ਐਕਸਪੀਰੀਅੰਸ ਕਿਸੇ ਨੇ ਕੋਈ ਅੱਜ ਦਾ ਸਾਨੂੰ ਨਹੀਂ ਦਿੱਤਾ, ਠੀਕ ਹੈ ਨਾ। ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਬੱਚੇ ਨੂੰ ਤੁਹਾਡੇ ਨੂੰ ਕੋਈ ਨੋਰਮਲ ਮਾੜੀ ਮੋਟੀ ਪ੍ਰੋਬਲਮ ਹੁੰਦੀ ਆ, ਹੈ ਨਾ, 1-2 ਹੋਸਪਿਟਲ ਹੈਗੇ ਨੇ ਜਿਹੜੇ ਵਧੀਆ ਨੇ, ਬਟ ਜੇ ਅਗਰ ਤੁਹਾਨੂੰ ਡਾਕਟਰ ਐਂ ਕਹਿ ਰਿਹਾ ਵੀ ਅਸੀਂ ਐਗਜ਼ਾਮਿਨ ਕਰਾਂਗੇ ਜੀ, 48 ਘੰਟੇ ਰੱਖਾਂਗੇ, 72 ਰੱਖਾਂਗੇ, ਸਾਡਾ ਟਾਈਮ ਹੁੰਦਾ, ਤਾਂ ਰਿਸਕ ਨਾ ਲਓ, ਤੁਸੀਂ ਕੋਈ ਰਿਸਕ ਨਾ ਲਓ ਉਹਦੇ ਵਿੱਚ। ਜਿਵੇਂ ਹੁਣ ਸਾਡੀ ਗੱਲ ਸੀ, ਜਿਵੇਂ ਮਨਪ੍ਰੀਤ ਦੱਸਦੇ ਹਾਂ 4 ਦਿਨ ਹੋ ਗਏ ਉੱਥੇ ਰਹਿੰਦੇ ਹਨ, ਠੀਕ ਆ, 6 ਦਿਨ ਰੋਲ ਰਹੀ ਸੀ, ਬੇਬੀ ਫੀਡ ਲੈਣ ਲੱਗ ਗਿਆ ਸੀ ਵਧੀਆ, ਬਟ ਉਹ ਫਿਰ ਉਹ ਅਸੀਂ ਕਹਿ ਰਹੇ ਸੀ ਵੀ 1 ਦਿਨ ਲੱਗੂ, 2 ਦਿਨ ਲੱਗੂ, ਅਤੇ ਬਟ ਸਾਨੂੰ ਮੇਨ ਕਾਰਨ ਨਹੀਂ ਦੱਸ ਰਹੇ ਸੀ ਕਲੀਅਰ ਵੀ ਇਹਨੂੰ ਕੀ ਚੱਕਰ ਆ, ਵੀ ਆਕਸੀਜਨ ਕਿਉਂ ਨਹੀਂ ਪੂਰੀ ਹੋ ਰਹੀ ਇਹਦੀ। ਫਿਰ ਉਸ ਤੋਂ ਬਾਅਦ ਅਸੀਂ ਤਾਂ ਡਿਸੀਜਨ ਹੀ ਲੈ ਲਿਆ ਸਾਡੇ, ਠੀਕ ਹੈ, ਰਿਸ਼ਤੇਦਾਰਾਂ ਨੇ ਕਹਿਤਾ, ਫਰੈਂਡ ਸਰਕਲ ਨੇ ਕਹਿਤਾ ਵੀ ਯਾਰ ਕਿਉਂ ਐਵੇਂ ਕਾਹਤੋਂ, ਜਦੋਂ ਤੁਹਾਨੂੰ ਰੀਜ਼ਨ ਹੀ ਨਹੀਂ ਪਤਾ ਲੱਗ ਰਿਹਾ। ਫਿਰ ਅਸੀਂ 5-6 ਦਿਨ ਉਹਨਾਂ ਨਾਲ ਲੜ ਕੇ ਆਪਦੇ ਬੱਚੇ ਦੀ ਛੁੱਟੀ ਕਰਵਾਈ ਵੀ ਇਸ ਤਰ੍ਹਾਂ ਹੀ ਬੱਚਾ ਲੈ ਕੇ ਜਾਣਾ ਘਰੇ,
ਉਹਨਾਂ ਨੂੰ ਐਂ ਕਿਹਾ ਵੀ ਸਾਡਾ ਬੱਚਾ ਠੀਕ ਹੋਵੇ ਨਾ ਹੋਵੇ, ਕਿਉਂਕਿ ਸਾਨੂੰ ਪਤਾ ਲੱਗ ਗਿਆ ਸੀ ਵੀ ਯਾਰ ਹੁਣ ਤਾਂ ਲਾਲਚ ਵਾਲਾ ਕੰਮ ਹੀ ਹੋਇਆ ਖੜਾ, ਸਮਝ ਤਾਂ ਆਉਂਦੀ ਨੀ ਕੋਈ ਗੱਲ। ਤੇ ਫਿਰ ਅਸੀਂ ਬੇਬੀ ਨੂੰ ਆਪਦੇ ਨੂੰ ਬਰਨਾਲੇ ਹੀ ਹੋਸਪਿਟਲ 'ਚ ਦਿਖਾਇਆ ਤਾਂ ਉਹ ਡਾਕਟਰ ਦੀ ਸਾਨੂੰ ਗੱਲ ਵਧੀਆ ਲੱਗੀ ਵੀ ਹਾਂ ਉਹਨਾਂ ਨੇ ਨਾਲ ਦੀ ਨਾਲ ਕਹਿਤਾ, ਕਿਉਂਕਿ ਉਹਨਾਂ ਕੋਲ ਕੋਈ ਫੈਸਿਲਿਟੀਜ਼ ਨਹੀਂ ਹੈਗੀਆਂ ਸੀਗੀਆਂ, ਉਹ ਕਹਿੰਦੇ ਵੀ ਤੁਸੀਂ ਆਪਦੇ ਬੱਚੇ ਨੂੰ ਲੁਧਿਆਣੇ ਲੈ ਜਾਓ ਜਾਂ ਬਠਿੰਡੇ ਲੈ ਜਾਓ, ਤਾਂ ਉੱਥੇ ਵੀ ਦੋ ਰਾਇਆਂ ਬਣ ਗਈਆਂ, ਠੀਕ ਹੈ ਵੀ ਬਠਿੰਡੇ ਲੈ ਕੇ ਜਾਈਏ ਜਾਂ ਲੁਧਿਆਣੇ, ਬਟ ਲੁਧਿਆਣੇ ਜਦੋਂ ਦੀਪ ਹੋਸਪਿਟਲ ਦਾ ਨਾਮ ਲਿੱਤਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਬਈ ਵੀ ਉਹ ਇੰਨਾ ਕੁ ਜ਼ਿਆਦਾ ਵਧੀਆ ਹੋਸਪਿਟਲ ਆ ਵੀ ਲੋਕ ਉੱਥੇ ਰੋਂਦੇ ਆਉਂਦੇ ਨੇ ਤੇ ਹੱਸ ਕੇ ਜਾਂਦੇ ਨੇ, ਕਿੱਡੀ ਵੱਡੀ ਪ੍ਰੋਬਲਮ ਨਾ ਇਹੋ ਜਿਹੀ ਬਣ ਜਾਂਦੀ ਹੁੰਦੀ ਆ। ਤੁਸੀਂ ਕਹਿੰਦੇ ਵੀਡੀਓ ਨਹੀਂ ਬਣੀ, ਸਾਨੂੰ ਉਹ ਸੋਝ ਹੀ ਨਹੀਂ ਰਿਹਾ ਸੀ ਜਦੋਂ ਅਸੀਂ ਛੁੱਟੀ ਕਰਵਾਈ ਬੱਚੇ ਦੀ, ਤਾਂ ਉਹ ਡਾਕਟਰ ਕਹਿੰਦੇ ਵੀ ਜਦੋਂ ਬਠਿੰਡੇ ਲੈ ਜਾਓ ਲੁਧਿਆਣੇ ਲੈ ਜਾਓ, ਅਤੇ ਆਪਣੇ ਇਹਨਾਂ ਪਿੰਡਾਂ ਦੇ ਏਰੀਏ ਦੇ ਵਿੱਚ ਨਾ ਲੁਧਿਆਣੇ ਦਾ ਨਾਂ ਹੀ ਵੱਡਾ ਹੋ ਜਾਂਦਾ, ਆਉਂਦਾ ਵੀ ਲੁਧਿਆਣੇ ਲੈ ਗਏ ਬੱਚੇ ਨੂੰ, ਅਤੇ ਉਦੋਂ ਪਰਮਾਤਮਾ ਦਾ ਸਹਾਰਾ ਹੁੰਦਾ ਉਸ ਟਾਈਮ, ਹੋਰ ਕਿਸੇ ਦਾ ਸਹਾਰਾ ਨਹੀਂ ਹੁੰਦਾ। ਬਟ ਜਦੋਂ ਅਸੀਂ ਉੱਥੇ ਲੁਧਿਆਣੇ ਪਹੁੰਚੇ ਦੀਪ ਹੋਸਪਿਟਲ ਦੇ ਵਿੱਚ, ਹੈ ਨਾ, ਉਹਨਾਂ ਨੇ ਇੱਕ ਘੰਟੇ ਘੰਟੇ ਡੇਢ ਘੰਟੇ ਦੇ ਅੰਦਰ ਅੰਦਰ ਸਾਨੂੰ ਉਹਦੀਆਂ ਸਾਰੀਆਂ ਰਿਪੋਰਟਸ ਕਰਕੇ ਕਲੀਅਰ ਕੱਟ ਦੱਸਤਾ ਵੀ ਸਾਰਾ ਕੁਛ ਨੋਰਮਲ, ਸਾਰਾ ਕੁਛ ਨੋਰਮਲ ਹੈ, ਘਬਰਾਉਣ ਦੀ ਸਾਨੂੰ ਕੋਈ ਲੋੜ ਨਹੀਂ। ਤੇ ਉਹਨਾਂ ਨੇ ਇੰਨੀ ਪੋਜ਼ਿਟਿਵਿਟੀ ਨਾਲ ਸਾਨੂੰ ਸਾਰੀਆਂ ਚੀਜ਼ਾਂ ਦੱਸੀਆਂ, ਕਹਿੰਦੇ ਮਾਮੂਲੀ ਜੀ ਪ੍ਰੋਬਲਮ ਆ ਨੀਚੇ ਵਾਲੇ ਲੰਗਸ ਦੇ ਵਿੱਚ, ਥੋੜ੍ਹਾ ਜਿਹਾ ਪਾਣੀ ਆ ਬੇਬੀ ਦੇ ਬਰਥ ਟਾਈਮ ਉਹਦੇ ਮੂੰਹ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਚਲਾ ਗਿਆ, ਜ਼ਿਆਦਾ ਨਹੀਂ ਹੈਗਾ, ਅਤੇ ਉਹ ਅਸੀਂ ਪੰਪ ਕਰਾਂਗੇ, ਠੀਕ ਹੈ, ਅਤੇ ਬਸ ਉਹਦੇ ਨਾਲ ਹਾਂ ਚਾਹੇ ਕੱਲ੍ਹ ਨਿਕਲ ਜੇ ਚਾਹੇ ਪਰਸੋਂ ਨਿਕਲ ਜੇ, ਦਿਨ ਤੁਹਾਨੂੰ ਅਸੀਂ ਘਰੇ ਭੇਜ ਦਾਂਗੇ। ਅਤੇ ਰਹੀ ਗੱਲ ਖਰਚੇ ਦੀ, ਆਪਦੇ ਬੱਚੇ ਨੂੰ ਠੀਕ ਆ, ਉੱਥੇ ਮਦਰਸ ਆਉਂਦੀਆਂ ਨੇ, ਜਿਹੜੇ ਬੱਚੇ ਨੂੰ ਹੀਟ ਦੀ ਜ਼ਰੂਰਤ ਆ ਉਹ ਮਾਂ ਆਪਦੀ ਛਾਤੀ ਨਾਲ ਲਾ ਕੇ ਰੱਖਦੀ ਆ, ਕਿਉਂਕਿ ਮਾਂ ਦੀ ਛਾਤੀ ਤੋਂ ਜ਼ਿਆਦਾ ਨਿੱਘ ਹੋਰ ਬੱਚੇ ਨੂੰ ਕਿਤੋਂ ਨਹੀਂ ਮਿਲ ਸਕਦੀ, ਹੈ ਨਾ। ਫਿਰ ਉਹਨਾਂ ਨੇ 3 ਦਿਨਾਂ ਬਾਅਦ ਸਾਡਾ ਬੱਚਾ ਸਾਨੂੰ ਦੇ ਤਾ, ਅਸੀਂ ਉਹਨੂੰ ਘਰੇ ਲੈ ਆਏ, ਹੈ ਨਾ, ਕਿ ਬਈ ਪਹਿਲੀ ਗੱਲ ਇਹ ਅਰਦਾਸ ਕਰਦੇ ਹਾਂ ਸਾਰਿਆਂ ਦੇ ਬੱਚੇ ਤੰਦਰੁਸਤ ਹੋਣ, ਕਿਸੇ ਨੂੰ ਕੋਈ ਪ੍ਰੋਬਲਮ ਆਵੀ ਨਾ, ਵੀ ਉਹ ਨਹੀਂ ਕਹਿੰਦੇ ਹੁੰਦੇ ਬੱਸ ਹੀ ਨਾ ਪਾਵੇ ਰੱਬ ਇਹੋ ਜਿਹੇ ਕੰਮ ਦੇ ਡਾਕਟਰਾਂ ਦੇ, ਹੈ ਨਾ। ਬਟ ਅਗਰ ਕੋਈ ਆਉਂਦੀ ਹੈ ਤਾਂ ਬੱਚੇ ਨੂੰ ਲੈ ਕੇ ਕੋਈ ਵੀ ਰਿਸਕ ਨਾ ਲਓ, ਅਗਰ ਕਿਉਂਕਿ ਮੇਨ ਹੁਣ ਜ਼ਿਆਦਾ ਪ੍ਰੋਬਲਮ ਅਸੀਂ ਉੱਥੇ ਦੇਖਿਆ ਸੀ ਵੀ ਆਕਸੀਜਨ ਦੀ ਬੱਚੇ ਨੂੰ ਆ ਰਹੀ ਸੀ ਠੰਡ ਕਰਕੇ, ਹੈ ਨਾ। ਅਗਰ ਆਉਂਦੀ ਹੈ ਤਾਂ ਚੁੱਪ ਕਰਕੇ ਤੁਸੀਂ ਦੀਪ ਹੋਸਪਿਟਲ ਹੈ ਲੁਧਿਆਣੇ ਜੋਧਾਂ ਵਾਲੇ ਰੋਡ ਬਰਨਾਲੇ ਵਾਲੇ ਜਾ ਸਕਦੇ ਹੋ, ਸਿੱਧਾ ਰੋਡ ਉਹ ਹੋਸਪਿਟਲ ਕੰਨੀ ਹੋ ਜਾਂਦਾ, ਕੋਈ ਟ੍ਰੈਫਿਕ ਨਹੀਂ, ਤੁਸੀਂ ਆਪਦੇ ਬੱਚੇ ਨੂੰ ਬਿਨਾਂ ਕਿਸੇ ਦੇਰੀ ਕਰੇ ਉੱਥੇ ਲੈ ਕੇ ਜਾਓ। ਇਹ ਸਾਨੂੰ ਅਸੀਂ ਪਰਸਨਲ ਐਕਸਪੀਰੀਅੰਸ ਤੋਂ ਸਾਨੂੰ ਦੱਸ ਰਹੇ ਹਾਂ। ਅਗਰ ਪ੍ਰੋਬਲਮ ਆਉਂਦੀ ਹੈ ਪਹਿਲੀ ਗੱਲ ਤਾਂ ਇਹ ਆਵੇ ਨਾ, ਕੋਈ ਅਮੀਰ ਆ ਸਭ ਨਾਲ ਇੱਕੋ ਜਿਹਾ ਉੱਥੇ ਠੀਕ ਹੈ, ਸਾਰਿਆਂ ਨਾਲ ਇੱਕੋ ਜਿਹਾ ਮਿਲਵਰਤਨ ਰੱਖਿਆ ਜਾਂਦਾ। ਬਾਕੀ ਪਤਾ ਕੀ ਆ, ਸਹੀ ਗੱਲ ਦੱਸਾਂ ਤਾਂ ਕੁੜੀਆਂ ਖਾਸ ਕਰਕੇ ਧਿਆਨ ਰੱਖਿਓ ਬਈ, ਜੇ ਤੁਸੀਂ ਕਿਤੇ ਵੀ ਆਪਦਾ ਕੇਸ ਕਰਵਾ ਰਹੇ ਹੋ ਤਾਂ ਬੱਚਿਆਂ ਦੇ ਨਾਲ ਖਾਸ ਪ੍ਰਬੰਧ ਹੋਵੇ ਹੀ ਹੋਵੇ, ਕਿਉਂਕਿ ਮਾਂ ਕਿਤੇ ਰੋਲਦੀ ਹੁੰਦੀ ਹੈ ਬੱਚਾ ਕਿਤੇ ਰੋਲਦਾ ਹੁੰਦਾ, ਬਹੁਤ ਚੀਜ਼ਾਂ ਉਹ ਜਿਹੜੀਆਂ ਹੈਗੀਆਂ ਬੰਦੇ ਨੂੰ ਨੈਗੇਟਿਵ ਕਰਦੀਆਂ, ਡਿਸਟਰਬੈਂਸ ਹੁੰਦੀਆਂ, ਕਾਫੀ ਕੁੜੀਆਂ ਡਿਪਰੈਸ਼ਨ 'ਚ ਚਲੀਆਂ ਜਾਂਦੀਆਂ, ਉਹਦਾ ਇੱਕ ਕਾਰਨ ਇਹੀ ਚੀਜ਼ਾਂ ਹੁੰਦੀਆਂ ਨੇ। ਠੀਕ ਹੈ, ਤੁਸੀਂ ਵੀਡੀਓ ਦੇਖ ਕੇ ਨਾ ਸੋਚਿਓ ਵੀ ਸਾਡੇ ਹਰੇ ਹਰ ਇੱਕ ਨਾਲ ਇਵੇਂ ਹੋ ਸਕਦੀ ਆ, ਇਹ ਜਸਟ ਇੱਕ ਅਵੇਅਰਨੈਸ ਲਈ ਆ। ਬਹੁਤ ਕੇਸ ਹੁੰਦੇ ਨੇ ਬਰਨਾਲੇ ਵੀ ਜਿਹੜੇ ਬਿਲਕੁਲ ਤੰਦਰੁਸਤ ਬੱਚੇ ਹੁੰਦੇ ਆ, ਕੁਛ ਵੀ ਨਹੀਂ ਹੁੰਦਾ, ਡੇਲੀ ਸਰਕਾਰੀ ਹੋਸਪਿਟਲ 'ਚ ਕਿੰਨੀ ਕੇਸ ਹੁੰਦੇ ਨੇ, ਜਿੰਨੇ ਹੋਸਪਿਟਲ ਸਾਰੇ 'ਚ ਹੁੰਦੇ ਨੇ, ਉਹ ਚੱਕਰ ਨਹੀਂ ਹੈਗਾ ਇੱਥੇ ਵੀ ਜੇ ਕੋਈ ਕੰਪਲੀਕੇਸ਼ਨ ਆਉਂਦੀ ਹੈ ਤਾਂ ਤੁਸੀਂ ਲੁਧਿਆਣੇ ਚੱਲ ਜਾਓ। ਜੇ ਤੁਹਾਨੂੰ ਡਾਕਟਰ ਕਹਿ ਰਿਹਾ ਵੀ ਇਹ ਤਾਂ ਜੀ ਮੇਰੀ ਸਮਝ ਤੋਂ ਬਾਹਰ ਆ, ਚੁੱਪ ਕਰਕੇ ਲੁਧਿਆਣੇ ਚਲੇ ਜਾਓ, ਠੀਕ ਹੈ, ਤਾਂ ਤੁਹਾਡੇ ਉੱਥੇ ਜਿਹੜਾ ਹੈਗਾ ਹੱਲ ਹੈਗਾ ਹੀ ਹੈਗਾ। ਜਿਹੜਾ ਕੋਈ ਨੈਗੇਟਿਵਿਟੀ ਨਹੀਂ ਸੀ ਕਰ ਰਹੇ, ਜਿਹੜਾ ਵੀ ਤੁਹਾਨੂੰ ਪ੍ਰੋਬਲਮ ਆਊਗੀ ਜਾਂ ਵੀਡੀਓ ਦੇਖ ਕੇ ਨੈਗੇਟਿਵ ਨਾ ਹੋ ਜਾਓ, ਠੀਕ ਹੈ ਨਾ। ਬੱਚੇ ਸਾਰੇ ਹੈਲਥੀ ਹੁੰਦੇ ਨੇ, ਕਿਸੇ ਨੂੰ ਕੁਛ ਨਹੀਂ ਹੋਇਆ ਹੁੰਦਾ, ਬਟ ਸਾਡੇ ਵਾਲੇ ਵਿਭਾਗ ਨੂੰ ਵੀ ਕੋਈ ਬਾਹਲਾ ਕੋਈ ਪ੍ਰੋਬਲਮ ਨਹੀਂ ਸੀ, ਬਸ ਉਹੀ ਗੱਲ ਪੈਸੇ ਲੈਣ ਦੇ ਮਾਰੇ ਗੱਲ ਵਧਾ ਦਿੰਦੇ ਥੋੜ੍ਹੀ।
ਮਾੜੀ ਮੋਟੀ ਪ੍ਰੋਬਲਮ ਆਉਂਦੀ ਆ, ਉਹ ਕੋਈ ਚੱਕਰ ਨੀ, ਬਾਕੀ ਅਵੇਅਰ ਰਹੋ ਇਹ ਚੀਜ਼ਾਂ ਲਈ, ਹਨਾ, ਇਹ ਚੀਜ਼ਾਂ ਨੂੰ ਨੈਗੇਟਿਵ ਪਾਸੇ ਨੀ ਲੈ ਕੇ ਜਾਣਾ, ਜੋ ਵੀ ਪ੍ਰੈਗਨੈਂਟ ਨੇ ਵੀ ਕਦੇ ਸਾਨੂੰ ਨਾ ਪ੍ਰੋਬਲਮ ਆ ਜੀ, ਕਿਸੇ ਨੂੰ ਨੀ ਆਉਂਦੀ ਬਾਈ। ਤੇ ਬਾਕੀ ਪ੍ਰੈਗਨੈਂਸੀ ਦੇ ਵਿੱਚ ਬਈ ਕੁੜੀਆਂ ਖਾਸ ਕਰਕੇ ਧਿਆਨ ਰੱਖਣਾ, ਬੱਚੇ ਦੀ ਹਿਲਜੁਲ ਦਾ ਧਿਆਨ ਰੱਖਣਾ। ਹਾਂ, ਹਿਲਜੁਲ ਦਾ ਜ਼ਰੂਰ, ਮੈਨੂੰ ਨਾ ਉਤਨ ਥੋੜੀ ਜੀ ਘੱਟ ਲੱਗੀ ਸੀ, ਤਾਂ ਮੈਂ ਉਹਦੀ ਚੈੱਕਅਪ ਕਰਾਉਣ ਗਈ, ਠੀਕ ਹੈ, ਤੇ ਉਹਦੀ ਮੈਨੂੰ ਕਹਿੰਦੇ ਵੀ ਤੁਹਾਡਾ ਕੇਸੀ ਕਰਾਂਗੇ ਅੱਜ, ਮੈਂ ਕਿਹਾ ਠੀਕ ਹੈ ਓਕੇ ਡਨ, ਹਨਾ, ਤਾਂ ਤੁਸੀਂ ਵੀ ਆਪਦੀ ਹਿਲਜੁਲ ਦਾ ਧਿਆਨ ਰੱਖਿਓ, ਤੇ ਬਾਕੀ ਚਾਰ ਲੀਟਰ ਪਾਣੀ ਦਾ ਡੇਲੀ ਤੁਸੀਂ, ਡੇਲੀ ਦੋ ਨਾਰੀਅਲ ਪਾਣੀ, ਠੀਕ ਹੈ, ਤੇ ਚਾਰ ਲੀਟਰ ਵੈਸੇ ਪਾਣੀ ਜਿਹੜਾ ਪੀਣਾ ਗਾ ਤੁਸੀਂ, ਉਹ ਪੀਣਾ ਹੀ ਪੀਣਾ ਗਾ, ਯਾਦ ਰੱਖਿਓ, ਉਹ ਨਾ ਘਟਾਇਓ ਬਸ, ਕਿਉਂਕਿ ਮੈਂ ਐਟਾ ਮੌਕੇ ਤੇ 9th ਮੰਥ ਦੇ ਵਿੱਚ ਜਮੀ ਘਟਾਤਾ ਸੀਗਾ, ਠੀਕ ਹੈ, ਤਾਂ ਪਾਣੀ ਦਾ ਲੈਵਲ ਘੱਟ ਗਿਆ ਸੀਗਾ ਮੇਰਾ, ਤਾਂ ਤੁਹਾਡੇ ਨਾਲ ਇਹ ਚੀਜ਼ ਨਾ ਹੋਵੇ ਤਾਂ ਤੁਸੀਂ ਜ਼ਰੂਰ ਆਪਦਾ ਧਿਆਨ ਰੱਖਿਓ। ਬਾਕੀ ਫਿਲਹਾਲ ਅਸੀਂ ਬੇਬੀ ਨੂੰ ਟਾਈਮ ਦੇ ਰਹੇ ਹਾਂ ਜੀ ਆਪਣਾ ਸਾਰਾ, ਹਨਾ, ਕਿਉਂਕਿ ਨਾ ਨਾ 8-9 ਦਿਨ ਬੇਬੀ ਮਸ਼ੀਨਾਂ 'ਚ ਹੀ ਰਿਹਾ, ਹਨਾ, ਹਾਂ, ਤਾਂ ਐਂ ਹੁੰਦਾ ਵੀ ਉਹਨੇ ਮਸ਼ੀਨ ਦੇਖੀਆਂ ਬੰਦੇ ਉਹਨੇ ਹੁਣ ਦੇਖੇ ਨੇ, ਤਾਂ ਕਰਕੇ ਸਾਨੂੰ ਐਂ ਵੀ ਅਸੀਂ ਬੇਬੀ ਨੂੰ ਆਪਣੇ ਨੂੰ ਟਾਈਮ ਦੇਈਏ ਸਾਰਾ, ਅਤੇ ਬਸ ਆਹ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹੀ ਸੀਗਾ ਵੀ ਅਵੇਅਰ ਰਹੋ ਬਈ ਸਾਰੇ ਜਣੇ, ਹਨਾ, ਇਹ ਚੀਜ਼ਾਂ ਨੂੰ ਲੈ ਕੇ, ਅਤੇ ਲੋਕਲ ਨਾ ਕਿਤੋਂ ਵੀ ਫਸੋ, ਜੇ ਤੁਹਾਨੂੰ ਵਧੀਆ ਹੋਸਪਿਟਲ ਨੇੜੇ ਪੈਂਦੇ ਆ, ਅੱਧੇ ਘੰਟੇ ਘੰਟੇ ਦੀ ਵਾਟ ਆ ਤਾਂ ਉੱਥੇ ਲੈ ਜਾਓ, ਕਿਉਂਕਿ ਅਸੀਂ ਉੱਥੇ ਬਹੁਤ ਕੁਝ ਲੋਕਾਂ ਨੂੰ ਮਿਲੇ ਔਰ ਸਾਰਿਆਂ ਦਾ ਐਕਸਪੀਰੀਅੰਸ ਕੋਈ ਖਾਸ ਵਧੀਆ ਨਹੀਂ ਸੀ ਲੋਕਲ ਹੋਸਪਿਟਲਸ ਦਾ। ਹਾਂ, ਮਾੜੀ ਮੋਟੀ ਪ੍ਰੋਬਲਮ ਹੁੰਦੀ ਆ ਤਾਂ ਆਪਾਂ ਲੋਕਲ ਦਿਖਾ ਸਕਦੇ ਹਾਂ, ਤਾਂ ਕੋਈ ਵੱਡਾ ਮੁੱਦਾ ਨਹੀਂ। ਹਾਂ, ਜੇ ਤੁਹਾਨੂੰ ਕੋਈ ਡਾਕਟਰ ਲਾਰੇ ਜੇ ਲਾ ਰਿਹਾ ਵੀ ਮੈਨੂੰ ਪਤਾ ਨਹੀਂ ਲੱਗ ਰਿਹਾ, ਜਾਂ ਵੀ ਬੀਪੀ ਕੋਈ ਵੀ 2 ਦਿਨਾਂ 'ਚ ਠੀਕ ਹੋ ਜੂ, 3 ਦਿਨਾਂ 'ਚ ਠੀਕ ਹੋ ਜੂ, ਜੇ ਵੀ ਐਂ ਜੇ ਕਹਿ ਰਿਹਾ ਤਾਂ ਤੁਸੀਂ 2-3 ਦਿਨਾਂ 'ਚ ਵਧੀਆ ਹੋਸਪਿਟਲ 'ਚ ਲਾ ਲਓ। ਤੇ ਬਸ ਅੱਜ ਆਪਣੀ ਇਹੀ ਵੀਡੀਓ ਸੀਗੀ, ਤੁਹਾਡੇ ਸਾਰੇ ਵਿਸ਼ ਸਾਨੂੰ ਮਿਲ ਰਹੀਆਂ ਨੇ, ਥੈਂਕ ਯੂ ਵੈਰੀ ਮਚ। ਹਾਂ, ਥੈਂਕ ਯੂ ਸੋ ਮਚ, ਤੇ ਸਾਰੇ ਜਣੇ ਨੇ ਆਪਾਂ ਨੂੰ ਨਿਊ ਈਅਰ ਵਿਸ਼ ਕੀਤਾ ਸੀਗਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਦਿਲੋਂ ਪਿਆਰ ਵਾਲਾ ਸਾਰਾ, ਬਹੁਤ ਸਾਰੀ ਰਿਸਪੈਕਟ, ਤੇ ਠੀਕ ਹੈ, ਜਿਨ੍ਹਾਂ ਨੇ ਆਪਾਂ ਨੂੰ ਮਤਲਬ ਕਿ ਵਧਾਈਆਂ ਦਿੱਤੀਆਂ, ਠੀਕ ਹੈ, ਵੀ ਜੀ ਕੋਂਗਰੈਚੁਲੇਸ਼ਨਸ ਫੋਰ ਬੇਬੀ, ਠੀਕ ਹੈ, ਵੀ ਤੁਸੀਂ ਠੀਕ ਹੋ ਮੈਨੂੰ ਪੁੱਛਿਆ ਸਾਰਿਆਂ ਨੇ, ਤਾਂ ਥੈਂਕ ਯੂ ਸੋ ਮਚ ਬਈ, ਸਾਰਿਆਂ ਦਾ ਧੰਨਵਾਦ, ਬਹੁਤ ਸਾਰੀ ਰਿਸਪੈਕਟ, ਬਹੁਤ ਸਾਰਾ ਪਿਆਰ, ਜਲਦੀ ਮਿਲਦੇ ਹਾਂ, ਜਲਦੀ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ, ਬਾਏ ਬਾਏ।